ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸੂਬੇ ਦੀ ਪਿਛਲੀ ਕਾਂਗਰਸ ਸਰਕਾਰ ਨੇ ਸਾਬਕਾ ਸੈਨਿਕਾਂ ਨੂੰ ਲੈ ਕੇ ਜਿਓ ਜਿਦੀ ਟੀਮ ਬਣਾਈ ਸੀ ਉਹਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਸਾਬਕਾ ਸੈਨਿਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ ਅਤੇ ਇਸ ਦੇ ਚਲਦੇ ਸਾਬਕਾ ਸੈਨਿਕਾਂ ਦੇ ਵੱਲੋਂ ਸੂਬਾ ਸਰਕਾਰ ਦੇ ਖਿਲਾਫ ਗੁੱਸਾ ਜ਼ਾਹਰ ਕੀਤਾ ਗਿਆ। ਇਸ ਦੇ ਚਲਦੇ ਸਾਬਕਾ ਸੈਨਿਕਾਂ ਵੱਲੋਂ ਇਕੱਠੇ ਹੋ ਕੇ ਸੂਬਾ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਇਸ ਸਬੰਧੀ ਜਦੋਂ ਸਾਬਕਾ ਸੈਨਿਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਪਿਛਲੀ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਖਤਮ ਕਰਨ ਅਤੇ ਸਰਕਾਰੀ ਕੰਮਾਂ ਵਿੱਚ ਲੋਕਾਂ ਦੀ ਮਦਦ ਕਰਨ ਲਈ ਰੱਖਿਆ ਗਿਆ ਸੀ ਪਰ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬੰਨ੍ਹਦੇ ਹੀ ਸੂਬਾ ਸਰਕਾਰ ਵੱਲੋਂ ਇਹ ਕਹਿ ਕੇ ਸਾਡੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ ਕਿ ਸਾਨੂੰ ਕੰਮ ਕਰਨਾ ਨਹੀਂ ਆਉਂਦਾ। ਜਦੋਂ ਸੇਵਾ ਕਰਦੇ ਆ ਰਹੇ ਹਾਂ ਸਾਫ ਕਾ ਸੈਨਿਕਾ ਨੇ ਕਿਹਾ ਕਿ ਜੇਕਰ ਉਹਨਾਂ ਦੀਆਂ ਸੇਵਾਵਾਂ ਜਲਦ ਬਹਾਲ ਨਹੀਂ ਕੀਤੀਆਂ ਗਈਆਂ ਤਾਂ ਉਹ 27 ਤਰੀਕ ਤੋਂ ਸੰਗਰੂਰ ਵਿੱਚ ਮੁੱਖ ਮੰਤਰੀ ਦੇ ਘਰ ਦੇ ਬਾਹਰ ਪੱਕਾ ਮੋਰਚਾ ਲਗਾਉਣਗੇ ਮੈਂ ਸਵਿਧਾਨ ਮੇਜਰ ਸਿਕੰਦਰ ਸਿੰਘ ਪਠਾਣੀਆਂ ਬਲਾਕ ਪ੍ਰਧਾਨ ਸ਼ਾਫਰਕੰਡੀ ਅੱਜ ਸਾਡਾ ਇੱਥੇ ਜਿਹੜਾ ਹੈ ਮੋਟਰਸਾਈਕਲ ਰੈਲੀ ਕੱਢਣ ਦਾ ਮੇਨ ਮੁੱਦਾ ਹੈ ਕਿ ਜਿਹੜਾ ਪੰਜਾਬ ਸਰਕਾਰ ਨੇ ਜੀਓਜੀ ਨੂੰ ਬਿਨਾਂ ਕਾਰਨ ਦੱਸੇ ਕੱਢਿਆ ਉਹਦੇ ਬਾਰੇ ਦੇ ਵਿੱਚ ਇਦੇ ਵਿੱਚ ਉਹਨਾਂ ਨੇ ਕਿਹਾ ਕਿ ਜੀਓਜੀ ਜਿਹੜੇ ਆ ਉਹ ਆਪਣਾ ਕੰਮ ਨਹੀਂ ਜਾਣਦੇ ਸੋ ਅਸੀਂ ਜਿਹੜੇ ਪੂਰਵ ਸੈਨਿਕਾਂ ਇਹ ਅਸੀਂ ਕੰਮ ਆਪਣਾ ਬੜਾ ਬਖੂਬੀ ਨਾਲ ਜਾਣਦੇ ਆਂ ਔਰ ਕਰਦੇ ਆਂ ਗਰਾਊਂਡ ਦੇ ਵਿੱਚ ਇ ਇੱਥੋਂ ਤੱਕ ਕਿ ਅਸੀਂ ਜਿਹੜੀਆਂ ਮਾਰਚ ਮਹੀਨੇ ਤੋਂ ਲੈ ਕੇ ਅਗਸਤ ਮਹੀਨੇ ਤੱਕ 90 ਹਜ਼ਾਰ ਰਿਪੋਰਟ ਜਿਹੜੀ ਹੈ ਔਰ ਗਵਰਨਮੈਂਟ ਨੂੰ ਭੇਜੀ ਸੀ ਜਿਹੜੀ ਆ ਆਨਲਾਈਨ ਅਸੀਂ ਭੇਜੀ ਆ ਇਹਨਾਂ ਨੂੰ ਉਦੇ ਵਿੱਚੋਂ ਇਹਨਾਂ ਨੇ ਤਕਰੀਬਨ 3% ਦੇ ਉੱਤੇ ਐਕਸ਼ਨ ਲਿਆ ਉਹ ਵੀ ਜਿਹੜਾ ਜਨੂਨ ਐਕਸ਼ਨ ਨਹੀਂ ਲਿਆ ਗਿਆ ਤੋਂ ਕੰਮ ਇਹ ਲੋਕੀ ਆਪਣਾ ਨਹੀਂ ਜਾਣਦੇ ਸਰਕਾਰਾਂ ਕੰਮ ਨਹੀਂ ਕਰਨਾ ਚਾਹੁੰਦੀਆਂ ਭ੍ਰਿਸ਼ਟਾਚਾਰ ਤੋਂ ਮੁਕਤ ਇਹਨਾਂ ਨੇ ਬੋਲਿਆ ਸੀ ਪਰ ਭ੍ਰਿਸ਼ਟਾਚਾਰ ਮੁਕਤ ਇਹਨਾਂ ਨੇ ਜੀਓ ਜੀ ਨੂੰ ਕੱਢ ਕੇ ਭ੍ਰਿਸ਼ਟਾਚਾਰ ਦਾ ਜਿਹੜਾ ਆ ਉਹ ਜ਼ਿਆਦਾ ਉਹਨੂੰ ਉਤਸ਼ਾਹਿਤ ਕੀਤਾ ਹੈ ਔਰ ਭ੍ਰਿਸ਼ਟਾਚਾਰ ਇਸ ਵੇਲੇ ਹੋ ਵੀ ਰਿਹਾ ਹੈ ਕਾਫੀ ਜ਼ਿਆਦਾ ਅਸੀਂ ਜਿਸ ਵੇਲੇ ਆਏ ਹੀ ਉਸ ਵੇਲੇ ਭ੍ਰਿਸ਼ਟਾਚਾਰ ਦਾ ਪੂਰਾ ਜੋਰ ਹੀ ਤੇ بڑے ਸੰਘਰਸ਼ ਕਰਨ ਦੇ ਬਾਵਜੂਦ ਜਿਹੜਾ ਹੈ ਇਹ ਜਿਹੜੀ ਆ ਅ ਭ੍ਰਸਟ ਲੋਕਾਂ ਨੂੰ ਉਜਾਗਰ ਕੀਤਾ ਗਵਰਨਮੈਂਟ ਤੇ ਆ ਕੇ ਉਹਨਾਂ ਦੇ ਉੱਤੇ ਐਕਸ਼ਨ ਹੋਏ ਔਰ ਫਿਰ ਜਿਹੜਾ ਕੰਮ ਠੀਕ ਚੱਲਿਆ ਸੀ ਦੇਖੋ 27 ਤਰੀਕ ਨੂੰ ਸਾਡਾ ਜਿਹੜਾ ਆ ਉਹ ਸੰਗਰੂਰ ਦੇ ਵਿੱਚ ਪੱਕਾ ਮੋਰਚਾ ਲੱਗ ਰਿਹਾ ਆ ਅਗਰ ਸਾਡੀ ਗਵਰਨਮੈਂਟ ਮੰਗ ਨਹੀਂ ਕਰਦੀ ਤਾਂ ਮਾਨ ਸਾਹਿਬ ਦੀ ਕੋਠੀ ਦੇ ਅੱਗੇ ਪੱਕਾ ਮੋਰਚਾ ਜਿਹੜਾ ਆ ਉਹ ਲਗਾਇਆ ਜਾਏਗਾ ਮੈਂ ਸੁਬੇਦਾਰ ਬਲਦੇਵ ਸਿੰਘ ਬਲਾਕ ਪ੍ਰਧਾਨ ਮਾਧੋਪੁਰ ਅੱਜ ਅਸੀਂ ਪੂਰੇ ਐਕਸ ਜੀਓਜੀ ਇੱਥੇ ਇਕੱਠੇ ਹੋਇਆ ਕਿ ਪੰਜਾਬ ਸਰਕਾਰ ਦੀਆਂ ਨੀਤੀਆਂ ਜਿਹੜੀਆਂ ਨੇ ਉਹ ਠੀਕ ਨਹੀਂ ਚੱਲ ਰਹੀਆਂ ਉਹਨਾਂ ਨੇ ਜੀਓਜੀ ਨਾਲ ਸਲੂਕ ਠੀਕ ਨਹੀਂ ਕੀਤਾ ਉਹਨਾਂ ਨੂੰ ਬਿਨਾਂ ਨੋਟਿਸ ਦਿੱਤੇ ਆ ਬਿਨਾਂ ਦੱਸਿਆ ਉਹਨਾਂ ਦਾ ਕਸੂਰ ਦੱਸਿਆ ਉਹਨਾਂ ਨੂੰ ਬਰਖਾਸਤ ਕਰ ਦਿੱਤਾ ਅਤੇ ਉਹਨਾਂ ਤੇ ਇਲਜ਼ਾਮ ਲਗਾਇਆ ਕਿ ਇਹਨਾਂ ਕੰਮ ਠੀਕ ਨਹੀਂ ਕੀਤਾ ਜਦ ਕਿ ਅਸੀਂ ਸਾਰੇ ਐਕਸ ਮੈਂ ਆ ਫੌਜ ਤੋਂ ਆਇਆ ਫੌਜ ਵਿੱਚ ਆਹੀ ਬਖੂਬੀ ਕੰਮ ਆਪਣੇ ਕਰਕੇ ਆਇਆ ਆਪਣੀ ਡਿਊਟੀ ਬਖੂਬੀ ਨਿਭਾ ਕੇ ਆਇਆ ਔਰ ਇਸ ਸਰਕਾਰ ਨੇ ਇੱਕ ਸੋਲਜਰ ਨੂੰ ਇੱਕ ਇਮਾਨਦਾਰ ਸੋਲਜਰ ਨੂੰ ਜਿਹੜੇ ਕਿ ਬਾਰਡਰਾਂ ਤੇ ਡਿਊਟੀਆਂ ਦਿੰਦੇ ਡਿਊਟੀਆਂ ਦਿੰਦੇ ਜਿੰਦੇ ਪਿੱਛੇ ਪੂਰਾ ਦੇਸ਼ ਚਾਂਦੀ ਦੀ ਨੀਂਦ ਨਾਲ ਸੌਂਦਾ ਉਹਨਾਂ ਨੂੰ ਬਦਨਾਮ ਕੀਤਾ ਔਰ ਅਸੀਂ ਜਿਹੜਾ ਬੀਓਜੀ ਦੀ ਡਿਊਟੀ ਆਪਣੀ ਫੜੇ ਠੀਕ ਢੰਗ ਨਾਲ ਕੀਤੀ ਸੀ ਭ੍ਰਸ਼ਟਾਚਾਰ ਨੂੰ ਅਸੀਂ ਲੈਣ ਦੇ ਉਤੇ ਲਿਆ ਦਿੱਤਾ ਪੰਜਾਬ ਦੇ ਵਿੱਚੋਂ ਭ੍ਰਸ਼ਟਾਚਾਰ ਬਿਲਕੁਲ ਖਤਮ ਤੇ ਨਹੀਂ ਹੋਇਆ ਸੀ ਪਰ ਅੱਧਾ ਅੱਧੇ ਤੋਂ ਜ਼ਿਆਦਾ ਜ਼ਿਆਦਾ ਭ੍ਰਸ਼ਟਾਚਾਰ ਖਤਮ ਹੋ ਚੁੱਕਾ ਸੀ ਜੀਓਜੀ ਨੇ ਖਤਮ ਕਰ ਦਿੱਤਾ ਗਰੀਬ ਲੋਕਾਂ ਦੀ ਮਦਦ ਕੀਤੀ ਗਰੀਬ ਲੋਕਾਂ ਦੇ ਰਾਸ਼ਨ ਕਾਰਡ ਜਿਹੜੇ ਨਹੀਂ ਬਣੇ ਉਹਨਾਂ ਦੇ ਰਾਸ਼ਨ ਕਾਰਡ ਬਣਾਏ ਉਹਨਾਂ ਨੂੰ ਸਹੀ ਰਾਸ਼ਨ ਦਲਾਇਆ ਔਰ ਉਹਨਾਂ ਦੀ ਪੈਨਸ਼ਨਾਂ ਲਗਾਈਆਂ ਜਿਨ੍ਹਾਂ ਨੂੰ ਪੈਨਸ਼ਨਾਂ ਨਹੀਂ ਮਿਲਦੀਆਂ ਉਹਨਾਂ ਨੂੰ ਪੈਨਸ਼ਨਾਂ ਜਾ ਕੇ ਪੈਨਸ਼ਨ ਆਪਣੇ ਆਪਣੇ ਜਵਾਹਨਾ ਤੇ ਚੜਾ ਕੇ ਲਿਆ ਕੇ ਉਹਨਾਂ ਨੂੰ ਪੈਨਸ਼ਨਾਂ ਲੁਆਈਆਂ ਔਰ ਉਹਨਾਂ ਦੀ ਹਰ ਜਗ੍ਹਾ ਤੇ ਹਰ ਸਟੈਪ ਤੇ ਉਹਨਾਂ ਨੇ ਮਦਦ ਕੀਤੀ ਉਹਨਾਂ ਨੇ ਬਹੁਤ ਕੰਮ ਕੀਤਾ ਔਰ ਜੀਓ ਜੀ ਇਹਨੇ ਬੜਾ ਅਸੀਂ ਇਹ ਕਹੀ ਨਹੀਂ ਕਿ ਅਸੀਂ ਇਹਨਾਂ ਦੀ ਤਨਖਾਹ ਦੇ ਪਿੱਛੇ ਜਿਹੜਾ ਮਾਨ ਪਤਨ ਦਿੰਦੇ ਉਹਦੇ ਪਿੱਛੇ ਕੰਮ ਕਰਦੇ ਆ ਅਸੀਂ ਆਪਣੇ ਕੋਲੋਂ ਵੀ ਖਰਚ ਕਰਕੇ ਇਹਨਾਂ ਦੇ ਗਰੀਬਾਂ ਦੀ ਮਦਦ ਕੀਤੀ ਅਸੀਂ ਗਰੀਬਾਂ ਦਾ ਕੰਮ ਕੀਤਾ ਔਰ ਇਹ ਸਰਕਾਰ ਨੇ ਸਾਨੂੰ ਬਰਕਾਤ ਕੀਤਾ ਅੱਜ ਸਾਡੀ ਇਹੋ ਮੰਗ ਹੈ ਜਦ ਤੱਕ ਸਾਨੂੰ ਇਹ ਬਹਾਲ ਨਹੀਂ ਕਰਦੇ ਜਦ ਤੱਕ ਸਾਡੇ ਕੋਲੋਂ ਇਹ ਉਹ ਜਿਹੜੇ ਲਫ਼ਜ਼ ਲੈ ਸਾਨੂੰ ਬੋਲੇ ਉਹਨਾਂ ਦੇ ਵਾਪਸ ਨਹੀਂ ਲਾਂਦੇ ਤਦ ਤੱਕ ਆਸੀਂ ਆਪਣਾ ਸੰਘਰਸ਼ ਜਾਰੀ ਰੱਖਾਂਗੇ ਔਰ ਬੜੇ ਜ਼ੋਰ ਨਾਲ ਜਾਰੀ ਰੱਖਾਂਗੇ